ਪ੍ਰੋਗਰਾਮ ਗੁਫ਼ਤਗੂ ਦੇ ਇਸ ਖਾਸ ਐਪੀਸੋਡ ਵਿੱਚ ਦਰਸ਼ਕਾਂ ਦਾ ਸਵਾਗਤ ਹੈ। ਹਰ ਹਫ਼ਤੇ ਇਸ ਪ੍ਰੋਗਰਾਮ ਦੇ ਤਹਿਤ ਇੱਕ ਖਾਸ ਬੇਹੱਦ ਦਿਲਚਸਪ ਸ਼ਖਸੀਅਤ ਦੇ ਨਾਲ ਤੁਰਦੇ ਫਿਰਦੇ ਗੱਲਬਾਤ ਲੈ ਕੇ ਹਾਜ਼ਰ ਹੋਈਦਾ। ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਇੱਕ ਐਸੀ ਸ਼ਖਸੀਅਤ, ਇੱਕ ਐਸੇ ਕਿਰਦਾਰ ਦੇ ਨਾਲ ਜਿਨ੍ਹਾਂ ਦਾ ਕਿ ਪੰਜਾਬੀ ਨਾਲ ਕੋਈ ਜ਼ਿਆਦਾ ਵਾਹ ਨਹੀਂ ਹੈ, ਜੇ ਉਹਨਾਂ ਦੇ ਜਨਮ ਦੀ ਗੱਲ ਕੀਤੀ ਜਾਏ, ਜੇ ਉਹਨਾਂ ਦੇ ਪਿਛੋਕੜ ਦੀ ਗੱਲ ਕੀਤੀ ਜਾਏ, ਲੇਕਿਨ ਪੰਜਾਬੀ ਭਾਸ਼ਾ, ਪੰਜਾਬੀ ਸੱਭਿਆਚਾਰ ਅਤੇ ਸਿੱਖ ਸੱਭਿਆਚਾਰ ਉਸਨੂੰ ਕਿਸ ਤਰੀਕੇ ਨਾਲ ਅਪਣਾਇਆ ਹੈ ਇਸ ਸ਼ਖਸੀਅਤ ਨੇ, ਉਹ ਆਪਣੇ ਆਪ ਵਿੱਚ ਲਾਮਿਸਾਲ ਹੈਗਾ। ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਡਾਕਟਰ ਐਨ ਮਰਫੀ ਹੋਣਾਂ ਦੇ ਨਾਲ, ਜੋ ਕਿ ਚੇਅਰ ਹੈਗੇ ਨੇ ਡਿਪਾਰਟਮੈਂਟ ਆਫ ਪੰਜਾਬੀ ਲੈਂਗੁਏਜ, ਲਿਟਰੇਚਰ ਐਂਡ ਸਿੱਖ ਸਟੱਡੀਜ਼, ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ। ਜੀ ਹਾਂ, ਇੱਕ ਸਪੈਸ਼ਲ ਚੇਅਰ, ਇੱਕ ਸਪੈਸ਼ਲ ਮਹਿਕਮੇ ਦੇ ਵਿੱਚ ਇਹ ਬਤੌਰ ਚੇਅਰ ਹੈਗੇ ਨੇ। ਉੱਥੇ ਪੰਜਾਬੀ ਪੜ੍ਹਾਉਂਦੇ ਨੇ, ਸਿੱਖ ਸਟੱਡੀਜ਼ ਅਤੇ ਸਾਊਥ ਏਸ਼ੀਅਨ ਸਟੱਡੀਜ਼ ਪੜ੍ਹਾਉਂਦੇ ਨੇ। ਇਹਨਾਂ ਦੇ ਨਾਲ ਭਾਰਤ ਵਿੱਚ ਆਏ ਹੋਏ ਨੇ। ਬਹੁਤ ਬਹੁਤ ਸਵਾਗਤ ਹੈ। ਧੰਨਵਾਦ। ਧੰਨਵਾਦ। ਸਭ ਤੋਂ ਪਹਿਲਾਂ ਤਾਂ ਕਿ ਸਾਡੇ ਦਰਸ਼ਕਾਂ ਨੂੰ ਇਹ ਜਾਣ ਕੇ ਹੈਰਾਨੀ ਹੋਏਗੀ ਵੀ ਐਨ ਜਿਸ ਫਲੂਐਂਸੀ ਨਾਲ ਅੰਗਰੇਜ਼ੀ ਬੋਲਦੇ ਨੇ, ਉਸੀ ਫਲੂਐਂਸੀ ਨਾਲ ਇਹ ਹਿੰਦੀ ਵੀ ਬੋਲ ਸਕਦੇ ਨੇ, ਕਿਉਂਕਿ ਐਮ ਏ ਹਿੰਦੀ ਦੇ ਵਿੱਚ ਵੀ ਨੇ। ਲੇਕਿਨ ਸਾਡੇ ਲਈ ਸਭ ਤੋਂ ਜ਼ਿਆਦਾ ਖਾਸ ਇਹਨਾਂ ਦਾ ਸ਼ਖਸੀਅਤ ਇਸ ਵਾਸਤੇ ਬਣਦੀ ਹੈ ਕਿਉਂਕਿ ਪੰਜਾਬੀ ਬਹੁਤ ਫਲੂਐਂਸੀ ਨਾਲ ਬੋਲਦੇ ਨੇ। ਕਿਵੇਂ ਮਹਿਸੂਸ ਹੋ ਰਿਹਾ ਹੈਗਾ? ਅਤੇ ਸਭ ਤੋਂ ਪਹਿਲਾਂ ਦੱਸੋ ਵੀ ਪੰਜਾਬੀ ਮਨ ਵਿੱਚ ਕਿਵੇਂ ਤੁਸੀਂ ਪੰਜਾਬੀ ਬੋਲ ਸਕ ਰਹੇ ਹੋ, ਤੁਸੀਂ ਪੰਜਾਬੀ ਵਿੱਚ ਸਟੂਡੈਂਟਸ ਨੂੰ ਪੜ੍ਹਾਉਂਦੇ ਹੋ, ਕਿੱਥੋਂ ਪੂਰਾ ਆਈਡੀਆ ਹੈ ਪੰਜਾਬੀ ਨੂੰ ਇਸ ਤਰੀਕੇ ਨਾਲ ਅਪਣਾਉਣ ਦਾ? ਕਿਉਂਕਿ ਇਸ ਤਰ੍ਹਾਂ ਹੈ ਕਿ ਮੈਂ ਐਮ ਏ ਕੀਤੀ ਹਿੰਦੀ ਦੇ ਵਿੱਚ। ਉਸ ਸਮੇਂ ਮੈਂ ਫੈਸਲਾ ਕੀਤਾ ਕਿ ਪੰਜਾਬੀ ਸਿੱਖਣ ਤੋਂ ਫਾਇਦਾ ਹੋਏਗਾ, ਕਿਉਂਕਿ ਪੰਜਾਬੀ ਬਹੁਤ ਅਹਿਮ ਬੋਲੀ ਹੈ, ਅਤੇ ਇਸ ਕਰਕੇ ਮੈਂ ਪੰਜਾਬ ਆਈ। ਇਹ ਸਾਲਾਂ ਪਹਿਲਾਂ ਦੀ ਗੱਲ ਹੈ। ਮੈਨੂੰ ਪਤਾ ਲੱਗਿਆ ਤੁਸੀਂ ਪਿਛਲੇ 10-12 ਸਾਲ ਦੇ ਵਿੱਚ ਸ਼ਾਇਦ 8-9 ਵਾਰ ਪੰਜਾਬ ਆ ਚੁੱਕੇ ਹੋ, ਇੰਡੀਆ ਆ ਚੁੱਕੇ ਹੋ। 12-13 ਵਾਰ ਆ ਚੁੱਕੀ ਹਾਂ। ਅਤੇ ਉਸ ਸਮੇਂ ਤੋਂ ਜਦੋਂ ਮੈਂ ਇੱਥੇ ਆਏ, ਮੈਨੂੰ ਇਸ ਤਰ੍ਹਾਂ ਦਾ ਮਹਿਸੂਸ ਹੋਇਆ ਸੀ ਕਿ ਮੈਂ ਆਪਣਾ ਘਰ ਵਾਪਸ ਆਏ। ਮੈਨੂੰ ਪਤਾ ਨਹੀਂ ਕਿਉਂ, ਪਰ ਮੈਨੂੰ ਲੱਗਦਾ ਕਿ ਪੰਜਾਬ ਅਤੇ ਪੰਜਾਬੀ ਦੇ ਨਾਲ ਕੋਈ ਸੰਬੰਧ ਹੈ ਮੇਰਾ, ਇਸ ਕਰਕੇ ਮੈਂ ਆਪਣਾ ਰਸਤਾ ਬਦਲ ਲਿਆ ਹੋਰ ਪੰਜਾਬੀ ਦੇ ਵਿੱਚ। ਤੁਸੀਂ ਪਹਿਲਾਂ ਐਮ ਏ ਹਿੰਦੀ ਕੀਤੀ ਸੀ, ਫਿਰ ਪੰਜਾਬੀ ਤੁਸੀਂ ਬਾਅਦ ਦੇ ਵਿੱਚ ਟੇਕ ਅਪ ਕੀਤੀ, ਕਾਰਨ ਕੋਈ ਕੋਈ ਸਪੈਸ਼ਲ? ਇਹ ਹੈ ਕਿ ਮੈਂ ਪੰਜਾਬ ਆਈ, ਮੈਂ ਫੈਸਲਾ ਕੀਤਾ ਕਿ ਮੈਂ ਨਹੀਂ, ਮੈਂ ਪੰਜਾਬੀ ਦੇ ਵਿੱਚ ਕੁਝ ਕੰਮ ਕਰਨਾ ਚਾਹੁੰਦੀ ਹਾਂ। ਇੱਥੇ ਆ ਕੇ ਅਤੇ ਲੋਕਾਂ ਦੇ ਨਾਲ ਗੱਲ ਕਰਕੇ ਮੈਨੂੰ ਇਸ ਤਰ੍ਹਾਂ ਦਾ ਮਹਿਸੂਸ ਹੋਇਆ ਸੀ ਕਿ ਅੱਛਾ, ਇਹ ਮੇਰਾ ਕੰਮ ਹੈ। ਤੁਸੀਂ ਐਗਜ਼ੈਕਟ ਪ੍ਰੋਫਾਈਲ ਕੀ ਹੈ? ਅਸੀਂ ਗੱਲ ਕਰ ਰਹੇ ਚੇਅਰ ਹੈ, ਚੇਅਰ ਪੰਜਾਬੀ ਲੈਂਗੁਏਜ, ਲਿਟਰੇਚਰ ਅਤੇ ਸਿੱਖ ਸਟੱਡੀਜ਼। ਜੀ, ਕੀ ਪੜ੍ਹਾਉਂਦੇ ਹੋ ਤੁਸੀਂ, ਤੁਹਾਡਾ ਕੀ ਰੋਲ ਹੈ ਉਹਦੇ? ਜੀ, ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ। ਜੀ, ਅਸੀਂ ਏਸ਼ੀਅਨ ਸਟੱਡੀਜ਼ ਵਿਭਾਗ ਦੇ ਵਿੱਚ ਹਾਂ, ਅਤੇ ਇਸ ਦੇ ਵਿੱਚ ਮੈਂ ਪੰਜਾਬੀ ਸਾਹਿਤ ਦੇ ਬਾਰੇ ਅਤੇ ਪੰਜਾਬੀ ਇਤਿਹਾਸ, ਸਾਊਥ ਏਸ਼ੀਅਨ ਇਤਿਹਾਸ ਔਰ ਸਿੱਖ ਇਤਿਹਾਸ ਦੇ ਬਾਰੇ ਪੜ੍ਹਾਉਂਦੀ ਹਾਂ। ਅਤੇ ਖਾਸ ਕਰਕੇ ਵੈਨਕੂਵਰ ਦੇ ਵਿੱਚ ਬਹੁਤ ਪੰਜਾਬੀ ਪਿਛੋਕੜ ਦੇ ਵਿਦਿਆਰਥੀ ਹੁੰਦੇ ਨੇ, ਇਸ ਕਰਕੇ ਮੈਂ ਉਹਨਾਂ ਨੂੰ ਅਤੇ ਦੂਜੇ ਵਿਦਿਆਰਥੀਆਂ ਨੂੰ ਵੀ ਮੈਂ ਪੜ੍ਹਾਉਂਦੀ ਹਾਂ। ਸਾਨੂੰ ਇਹ ਪਤਾ ਲੱਗਿਆ ਵੀ ਤੁਸੀਂ ਆਇਰਿਸ਼ ਹੋ। ਹਾਂਜੀ ਹਾਂਜੀ ਜੀ ਜੀ, ਇੱਕ ਆਇਰਿਸ਼ ਬੈਕਗ੍ਰਾਉਂਡ, ਨਿਊਯਾਰਕ ਦੇ ਵਿੱਚ ਪਲੇ ਬੜੇ ਤੁਸੀਂ ਜੀ, ਅਤੇ ਪੰਜਾਬੀ ਪੜ੍ਹਾ ਰਹੇ ਹੋ। ਹਾਂਜੀ ਹਾਂਜੀ ਹਾਂ, ਕੁਆਇਟ ਅ ਕੋਰਿਲੇਸ਼ਨ। ਲੋਕਾਂ ਨੂੰ ਥੋੜ੍ਹਾ ਅਜੀਬ ਲੱਗਦਾ, ਪਰ ਇਸ ਤਰ੍ਹਾਂ ਹੁੰਦਾ ਕਿ ਮੈਂ ਇਕੱਲੀ ਨਹੀਂ ਪੜ੍ਹਾਉਂਦੀ ਹਾਂ, ਮੇਰੇ ਨਾਲ ਇੱਕ ਕੋਲੀਗ ਹੈ ਸੁਖਵੰਤ ਹੁੰਦੋ, ਜਿਹੜੇ ਇੱਕ ਬਹੁਤ ਵੈਨਕੂਵਰ ਦੇ ਵਿੱਚ ਕਾਫੀ ਮਸ਼ਹੂਰ ਲੇਖਕ ਹੈ, ਅਤੇ ਉਹ ਪੜ੍ਹਾਉਂਦੇ ਨੇ ਮੇਰੇ ਨਾਲ। ਅਸੀਂ ਇਕੱਠੇ ਹੋ ਕੇ ਤਾਂ ਇਹ ਕਰਨਾ ਚਾਹੁੰਦੇ ਹਾਂ ਕਿ ਅਸੀਂ ਸਾਡੇ ਵਿਦਿਆਰਥੀਆਂ ਨੂੰ ਪੰਜਾਬੀ ਲਈ ਕੁਛ ਉੱਚਾ ਕਰੀਏ, ਕਿਉਂਕਿ ਮੈਨੂੰ ਬਹੁਤ ਅਹਿਮ ਲੱਗਦਾ, ਕਿਉਂਕਿ ਪੰਜਾਬੀ ਬੋਲੀ ਤੋਂ ਅਸੀਂ ਸਮਝ ਸਕਦੇ ਹਾਂ ਕਿ ਪੰਜਾਬੀ ਦੀ ਪੰਜਾਬ ਦੀ ਸੱਭਿਆਚਾਰ ਦਾ ਕੀ ਮਤਲਬ ਹੈ, ਕਿਉਂਕਿ ਬੋਲੀ ਹੋਰ ਸੱਭਿਆਚਾਰ ਇਹ ਕੀ ਗੱਲ ਹੈ, ਉਹ ਇਕੱਠੇ ਹੋ ਕੇ ਚੱਲਦੇ ਨੇ। ਜੇ ਅਸੀਂ ਬੋਲੀ ਨੂੰ ਛੱਡ ਦਿੰਦੇ ਤਾਂ ਸੱਭਿਆਚਾਰ ਦੀ ਘਾਟ ਹੁੰਦੀ ਹੈ। ਜੀ ਜੀ, ਹੁਣ ਤੁਸੀਂ ਪੰਜਾਬੀ ਬੋਲ ਰਹੇ ਹੋ, ਤੁਸੀਂ ਇੱਥੇ ਬਹੁਤ ਸੇ ਲੈਕਚਰ, ਸੈਮੀਨਾਰਸ ਵਗੈਰਾ ਅਟੈਂਡ ਵਗੈਰਾ ਵੀ ਕਰਦੇ ਹੋ। ਜੀ ਜੀ, ਤੇ ਤੁਹਾਡੇ ਲਈ ਆਪਣੇ ਲਈ ਵੀ ਕੁਝ ਸਟਰਗਲ ਸੀ, ਕਿਉਂਕਿ ਤੁਸੀਂ 3 ਜਾਂ 4 ਲੈਂਗੁਏਜਸ ਦੇ ਵਿੱਚ ਮਹਾਰਤ ਹਾਸਲ ਕੀਤੀਆਂ, ਦੱਸਿਆ ਕਿ ਤੁਸੀਂ ਬੋਲ, ਪੜ੍ਹ ਤੇ ਲਿਖ ਸਕਦੇ ਹੋ? ਜੀ ਜੀ, ਮੁਸ਼ਕਿਲ ਹੈ ਪੰਜਾਬੀ, ਹੋਰ ਮੈਨੂੰ ਲੱਗਦਾ ਕਿ ਇਹ ਇੱਕ ਕਿਸਮ ਦਾ ਇੱਕ ਮੁਸੀਬਤ ਹੁੰਦੀ ਹੈ ਪੰਜਾਬੀ ਬੋਲੀ ਸਿੱਖਣ ਦੇ ਵਿੱਚ। ਇਹ ਹੈ ਕਿ ਜਦੋਂ ਵੀ ਮੈਂ ਪੰਜਾਬੀ ਦੇ ਵਿੱਚ ਲੋਕਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੀ ਹਾਂ, ਉਹ ਮੈਨੂੰ ਹਿੰਦੀ ਦੇ ਵਿੱਚ ਜਾਂ ਅੰਗਰੇਜ਼ੀ ਦੇ ਵਿੱਚ ਜਵਾਬ ਦਿੰਦੇ ਨੇ। ਸੋ ਮੈਂ ਇਸ ਸਾਲ ਐਕਚੁਅਲੀ ਮੈਂ ਫੈਸਲਾ ਕੀਤਾ ਕਿ ਮੈਂ ਨਹੀਂ ਜਵਾਬ ਦੇਵਾਂਗੀ ਹਿੰਦੀ ਦੇ ਵਿੱਚ, ਮੈਂ ਸਿਰਫ ਪੰਜਾਬੀ ਬੋਲਾਂਗੀ, ਤਾਂ ਕਿ ਮੈਂ ਥੋੜ੍ਹਾ ਜਿਹਾ ਜ਼ਬਰਦਸਤੀ ਕਰਕੇ ਉਹਨਾਂ ਨੂੰ ਵੀ ਮੈਂ ਪੰਜਾਬੀ ਕਰਾਵਾਂਗੀ, ਹੈ ਨਾ। ਅਤੇ ਕਿਉਂਕਿ ਇਸ ਤਰ੍ਹਾਂ ਲੱਗਦਾ ਹੈ ਕਿ ਸਾਰੇ ਲੋਕ ਪੰਜਾਬੀ ਬੋਲਦੇ ਨੇ, ਪਰ ਪੰਜਾਬੀ ਨੂੰ ਮਾਣ ਨਹੀਂ ਦਿੰਦੇ ਨੇ। ਉਹ ਸੋਚਦੇ ਨੇ ਕਿ ਇਹ ਅਹਿਮ ਬੋਲੀ ਨਹੀਂ ਹੈ, ਜੇ ਮੈਂ ਕਿਸੇ ਦੇ ਨਾਲ ਗੱਲ ਕਰਾਂਗੀ ਮੈਂ ਅੰਗਰੇਜ਼ੀ ਦੇ ਵਿੱਚ ਜਾਂ ਹਿੰਦੀ ਦੇ ਵਿੱਚ ਗੱਲ ਕਰਾਂ,
ਮੈਂ ਇਹ ਸਮਝਾਉਣਾ ਚਾਹੁੰਦੀ ਹਾਂ ਲੋਕਾਂ ਨੂੰ ਇੱਥੇ ਉੱਥੇ ਵੀ ਕਿ ਪੰਜਾਬੀ ਦੇ ਵਿੱਚ ਗੱਲ ਕਰਨ ਦੀ ਲੋੜ ਹੈ. ਪੰਜਾਬੀ ਦੇ ਵਿੱਚ ਤੁਸੀਂ ਕਿਹਾ ਵੀ ਲੋਕ ਮਾਣ ਮਹਿਸੂਸ ਨਹੀਂ ਕਰਦੇ, ਪੀਪਲ ਡੋਨਟ ਫੀਲ ਐਨੀ ਪ੍ਰਾਈਡ, ਇਟਸ ਅ ਫੈਕਟ. ਅਸੀਂ ਇੱਥੇ ਬੈਠ ਕੇ ਰਿਅਲਾਈਜ਼ ਕਰਦੇ ਹਾਂ ਕਾਰਨ ਕੀ ਵੇਖਦੇ ਹੋ ਬੀਇੰਗ ਐਨ ਆਊਟਸਾਈਡਰ, ਤੁਸੀਂ ਕੋਈ ਕਾਰਨ ਦੇਖਦੇ ਹੋ ਕਿਉਂ ਲੋਕ ਆਪਣੇ ਨੂੰ ਰਿਲੇਟ ਨਹੀਂ ਕਰ ਪਾ ਰਹੇ ਪੰਜਾਬੀ ਨਾਲ ਜਿੰਨਾ ਕਿ ਉਹਨਾਂ ਨੂੰ ਕਰਨਾ ਚਾਹੀਦਾ? ਉਹਦੀ ਕਮਜ਼ੋਰੀ ਇਸ ਤਰ੍ਹਾਂ ਹੁੰਦੀ ਹੈ, ਇਸ ਦੀ ਗੱਠ ਹੁੰਦੀ ਹੈ ਇਸ ਤਰ੍ਹਾਂ, ਕਿਉਂਕਿ ਦੋ ਬੋਲੀਆਂ ਦੀ ਬਹੁਤ ਦੇ ਪ੍ਰਭਾਵ ਹੁੰਦੇ ਨੇ, ਅੰਗਰੇਜ਼ੀ ਹੋਰ ਹਿੰਦੀ ਦੋ ਨੇ ਜਿਨ੍ਹਾਂ ਦੀ ਪ੍ਰਭਾਵ ਬਹੁਤ ਹੈ ਇੱਥੇ. ਉਹ ਅੰਗਰੇਜ਼ੀ ਤਾਂ ਅੰਤਰਰਾਸ਼ਟਰੀ ਦੇ ਤੌਰ 'ਤੇ ਉਹ ਬਹੁਤ ਅਹਿਮ ਹੈ, ਔਰ ਹਿੰਦੀ ਰਾਸ਼ਟਰੀ ਦੇ ਤੌਰ 'ਤੇ ਬਹੁਤ ਅਹਿਮ ਹੈ, ਔਰ ਪੰਜਾਬੀ ਦੋਵੇਂ ਬੋਲੀਆਂ ਦੇ ਨਾਲ ਲੜਨ ਦੀ ਲੋੜ ਹੈ, ਔਰ ਮੁਸ਼ਕਿਲ ਹੈ. ਪੰਜਾਬੀ ਨੂੰ ਅਸੀਂ ਆਪਣੇ ਰੁਜ਼ਗਾਰ ਦੀ ਭਾਸ਼ਾ ਨਹੀਂ ਬਣਾ ਪਾਏ, ਪੰਜਾਬੀ ਨੂੰ ਅਸੀਂ ਆਪਣੇ ਬਿਜ਼ਨਸ ਤੇ ਆਪਣੇ ਵਿਚਰਨ ਦੀ ਭਾਸ਼ਾ ਨਹੀਂ ਬਣਾ ਪਾਏ, ਵਿਚ ਇਜ਼ ਦਾ ਮੇਨ, ਅਸੀਂ ਉਸ ਨੂੰ ਅਕੈਡਮਿਕ ਸਰਕਲਸ ਤੱਕ ਹੀ ਲਿੰਕਡ ਰੱਖਿਆ ਹੈਗਾ, ਜਾਂ ਸਮਝਦੇ ਹਾਂ ਵੀ ਬੁੱਧੀਜੀਵੀ ਹੈਗੇ ਨੇ, ਸਾਹਿਤਕ ਲੋਕ ਹੈਗੇ, ਲੇਕਿਨ ਆਮ ਲੋਕ ਟੁੱਟਦੇ ਜਾ ਰਹੇ ਨੇ, ਥੋੜ੍ਹਾ ਜਿਹਾ ਓਵਰਲੈਪ ਵੀ ਹੈਗਾ ਹਿੰਦੀ ਦਾ, ਲੇਕਿਨ ਇਹ ਇੱਕ ਬੇਸਿਕ ਹੈਂਡੀਕੈਪਸ ਹੈ. ਕੈਨੇਡਾ ਦੇ ਵਿੱਚ ਤੁਸੀਂ ਕਿਸ ਕਿਸਮ ਦੇ ਸਟੂਡੈਂਟਸ ਨੂੰ ਪੜ੍ਹਾਉਂਦੇ ਹੋ? ਉਹ ਕੀ ਐਕਸਪੈਕਟੇਸ਼ਨਸ ਲੈ ਕੇ ਆਉਂਦੇ ਨੇ ਅਤੇ ਤੁਹਾਡੀਆਂ ਕੀ ਐਕਸਪੈਕਟੇਸ਼ਨਸ ਉਹਨਾਂ ਤੋਂ ਹੁੰਦੀਆਂ ਨੇ? ਹਾਂ, ਇਸ ਤਰ੍ਹਾਂ ਬਹੁਤ ਦਿਲਚਸਪ ਗੱਲ ਹੈ, ਕਿਉਂਕਿ ਵੈਨਕੂਵਰ ਦੇ ਵਿੱਚ ਔਰ ਕੈਨੇਡਾ ਦੇ ਵਿੱਚ ਹੁਣ ਪੰਜਾਬੀ ਸਿੱਖਣ ਤੋਂ ਫਾਇਦਾ ਹੋ ਗਿਆ, ਕਿਉਂਕਿ ਉੱਥੇ ਬੋਲਣ ਤੋਂ ਤਾਂ ਪੰਜਾਬੀ ਬੋਲਣ ਤੋਂ ਤਾਂ ਫਾਇਦਾ ਇਸ ਤਰ੍ਹਾਂ ਹੁੰਦਾ ਕਿ ਦੁਕਾਨਾਂ ਦੇ ਵਿੱਚ, ਬੈਂਕਾਂ ਦੇ ਵਿੱਚ ਬਹੁਤ ਪੰਜਾਬੀ ਬੋਲਣ ਵਾਲੇ ਆਉਂਦੇ ਨੇ. ਇਸ ਕਰਕੇ ਜਦੋਂ ਸਾਡੇ ਵਿਦਿਆਰਥੀ ਨੌਕਰੀ ਮਿਲਣ ਲਈ ਜਾਂਦੇ ਨੇ, ਉਹ ਲਿਖਦੇ ਨੇ ਸਾਡੇ ਉਹਨਾਂ ਦੇ ਰੈਜ਼ੂਮੇ 'ਤੇ ਔਰ ਐਪਲੀਕੇਸ਼ਨ 'ਤੇ ਕਿ ਮੈਨੂੰ ਪੰਜਾਬੀ ਬੋਲੀ ਆਉਂਦੀ ਹੈ, ਔਰ ਇਸ ਕਰਕੇ ਨੌਕਰੀ ਮਿਲਦੀ ਹੈ ਕੈਨੇਡਾ ਦੇ ਵਿੱਚ. ਹਾਂ, ਕੈਨੇਡਾ ਦੇ ਵਿੱਚ, ਕਿਉਂਕਿ ਉਹ ਜਿਹੜੇ ਲੋਕਾਂ ਨੂੰ ਪੰਜਾਬੀ ਨਹੀਂ ਆਉਂਦੀ, ਜੇ ਮਾਲਕ ਦੁਕਾਨਾਂ ਦੇ ਮਾਲਕ ਔਰ ਬੈਂਕਾਂ ਦੇ ਮਾਲਕ, ਉਹਨਾਂ ਨੂੰ ਇਹ ਪਤਾ ਹੈ ਕਿ ਪੰਜਾਬੀ ਬੋਲਣ ਵਾਲੇ ਆਉਂਦੇ ਨੇ, ਇਸ ਕਰਕੇ ਪੰਜਾਬੀ ਦਾ ਮਾਨ ਹੋ ਗਿਆ ਹੈ. ਅਸੀਂ ਉਹਨੂੰ ਲਿੰਕ ਕਰ ਪਾਏ ਹਾਂ ਵੋਕੇਸ਼ਨ ਦੇ ਨਾਲ, ਪ੍ਰੋਫੈਸ਼ਨ ਦੇ ਨਾਲ, ਬਿਜ਼ਨਸ ਦੇ ਨਾਲ, ਬਾਜ਼ਾਰ ਬਾਜ਼ਾਰੀ ਡਾਇਰੈਕਟ ਲਿੰਕ ਹੋ ਗਿਆ ਹੈ ਕਿ ਪੰਜਾਬੀ ਬੋਲਣ ਤੋਂ ਤਾਂ ਫਾਇਦਾ ਹੋ ਗਿਆ ਹੈ. ਇਸ ਕਰਕੇ ਇਹ ਬਹੁਤ ਚੰਗੀ ਗੱਲ ਹੈ, ਔਰ ਇਹ ਵੀ ਹੈ ਕਿ ਮੇਰੇ ਬਹੁਤ ਵਿਦਿਆਰਥੀ ਸਕੂਲਾਂ ਦੇ ਵਿੱਚ ਕੰਮ ਕਰਨਾ ਚਾਹੁੰਦੇ ਨੇ, ਔਰ ਸਕੂਲਾਂ ਦੇ ਵਿੱਚ ਵੀ ਪੰਜਾਬੀ ਦੀ ਥਾਂ ਬਣ ਗਈ ਹੈ, ਪੰਜਾਬੀ ਬੋਲੀ ਸਿਖਾਈ ਜਾਂਦੀ ਹੈ. ਇਸ ਕਰਕੇ ਅਧਿਆਪਕ ਦੀ ਲੋੜ ਹੁੰਦੀ ਹੈ, ਇਹ ਬਹੁਤ ਚੰਗੀ ਗੱਲ ਹੈ. ਕਿ ਹੁਣ ਉਸ ਕਰਕੇ ਜੇ ਬਹੁਤ ਸਾਰੇ ਲੋਕ ਅਧਿਆਪਕ ਦੀ ਨੌਕਰੀ ਲਈ ਆਉਂਦੇ ਨੇ, ਜੇ ਪੰਜਾਬੀ ਬੋਲੀ ਆਉਂਦੀ ਹੈ ਉਸ ਮਰਦ ਨੂੰ ਜਾਂ ਔਰਤ ਨੂੰ, ਹਾਂ, ਨੌਕਰੀ ਮਿਲ ਜਾਏਗੀ. ਇਹ ਬਹੁਤ ਅਹਿਮ ਗੱਲ ਹੈ, ਬਹੁਤ ਅਹਿਮ ਗੱਲ ਹੈ. ਪੰਜਾਬੀ ਦੇ ਇਸ ਵਕਤ ਜਿਹੜਾ ਨਿਗਾਰ ਆ ਰਿਹਾ ਹੈ ਭਾਸ਼ਾ ਦੇ ਵਿੱਚ, ਉਹ ਆਪਣੇ ਆਪ ਵਿੱਚ ਇੱਕ ਬਹੁਤ ਵੱਡੀ ਚੁਣੌਤੀ ਹੈ, ਅਤੇ ਬਾਰ ਬਾਰ ਅਸੀਂ ਵੱਖ ਵੱਖ ਪੈਨਲ ਡਿਸਕਸ਼ਨਸ ਅਤੇ ਚਰਚਾਵਾਂ ਦੇ ਵਿੱਚ ਜ਼ਿਕਰ ਕਰਦੇ, ਲੇਕਿਨ ਤੁਸੀਂ ਡਾਕਟਰ ਐਨ ਮਰਫੀ, ਉਹਨਾਂ ਦੇ ਵਿਚਾਰ ਸੁਣੇ ਹੈਗੇ ਨੇ. ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਵਾਪਸ ਆਵਾਂਗੇ. ਡਾਕਟਰ ਐਨ ਮਰਫੀ, ਜੋ ਕਿ ਸਿਰਫ ਪੰਜਾਬੀ ਨੇ ਬਲਕਿ ਹੋਰ ਲੈਂਗੁਏਜ ਨੂੰ ਵੀ ਬਹੁਤ ਚੰਗੀ ਤਰ੍ਹਾਂ ਜਾਣਦੇ ਨੇ, ਇੱਕ ਮਿਸਾਲ ਹੈਗੇ ਨੇ, ਇੱਕ ਰੋਲ ਮਾਡਲ ਵੀ ਹੈਗੇ ਨੇ ਉਹ ਲੋਕਾਂ ਲਈ ਜੋ ਕਿ ਸ਼ਾਇਦ ਅੱਜ ਉਨਾ ਮਾਣ ਮਹਿਸੂਸ ਨਹੀਂ ਕਰਦੇ, ਉਨਾ ਪ੍ਰਾਈਡ ਮਹਿਸੂਸ ਨਹੀਂ ਕਰਦੇ ਪੰਜਾਬੀ ਬੋਲਣ ਅਤੇ ਪੰਜਾਬੀ ਦੇ ਵਿੱਚ ਆਪਣਾ ਪੂਰਾ ਜਿਹੜਾ ਵਤੀਰਾ ਜਾਂ ਵਿਵਹਾਰ ਹੈਗਾ ਉਸਨੂੰ ਕੰਡਕਟ ਕਰਨ ਵਿੱਚ. ਬ੍ਰੇਕ ਤੋਂ ਬਾਅਦ ਇਹ ਗੱਲਬਾਤ ਡਾਕਟਰ ਐਨ ਮਰਫੀ ਨਾਲ ਜਾਰੀ ਰਹੇਗੀ.